ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਆ? ਅੱਜ ਆਪਾਂ ਟੈਕਨੀਕਲ ਨਿਊਜ਼ ਲੈ ਕੇ ਹਾਜ਼ਰ ਹੋਏ ਹਾਂ। ਲਗਭਗ ਆਪਣੇ ਚੈਨਲ 'ਤੇ ਦੂਜੀ ਇਹ ਵੀਡੀਓ ਹੈ ਟੈਕਨੀਕਲ ਨਿਊਜ਼ ਦੀ, ਅਤੇ ਇਹ ਆਪਾਂ ਵੀਡੀਓ ਦਿਨ ਭਰ ਦੇ ਵਿੱਚ ਜਿਹੜੀਆਂ ਖਬਰਾਂ ਆਉਂਦੀਆਂ ਵਾ ਟੈਕਨੀਕਲ, ਉਹਨਾਂ ਨੂੰ ਆਪਾਂ ਇਕੱਠੇ ਕਰਕੇ ਵੀਡੀਓ ਦੇ ਵਿੱਚ ਪਾਉਂਦੇ ਹਾਂ। ਅਲੱਗ ਅਲੱਗ ਵੈਬਸਾਈਟਾਂ ਤੋਂ ਦੇਖ ਕੇ ਅਤੇ ਅਲੱਗ ਅਲੱਗ ਸੋਰਸ ਦੇ ਉੱਤੋਂ ਆਪਾਂ ਕਲੈਕਟ ਕਰਕੇ ਪਾਉਂਦੇ ਹਾਂ, ਅਤੇ ਆਪਣੇ ਪੰਜਾਬੀ ਦੇ ਵਿੱਚ ਆਪਾਂ ਬੋਲ ਕੇ ਦੱਸਦੇ ਹੈਗੇ ਹਾਂ ਕਿ ਆਪਣਾ ਟੈਕਨੀਕਲ ਖਬਰਾਂ ਦਿਨ ਭਰ ਦੇ ਵਿੱਚ ਬੀਤੀਆਂ ਹੈਗੀਆਂ। ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਅਤੇ ਆ ਜਾਓ ਆਪਾਂ ਚੱਲਦੇ ਹਾਂ ਪਹਿਲੀ ਖਬਰ ਦੇ ਉੱਤੇ, ਜਿਹੜੀ ਕਿ ਜਮੈਟੋ ਤੋਂ ਆ ਰਹੀ ਹੈਗੀ ਆ। ਜਮੈਟੋ ਦੇ ਇੱਕ ਕਸਟਮਰ ਨੂੰ 1,00,000 ਰੁਪਏ ਦਾ ਹੈ ਨਾ ਫਰੋਡ ਹੋ ਗਿਆ ਵਾ, ਅਤੇ ਉਹਦੇ ਨਾਲ ਹੈਲਪਲਾਈਨ ਨੰਬਰ ਜਿਹੜਾ ਔਨਲਾਈਨ ਉਹਨਾਂ ਨੇ ਕੋਈ ਲੱਭਿਆ ਸੀਗਾ, ਅਤੇ ਉਹਦੇ ਉੱਤੇ ਜਦੋਂ ਉਹਨਾਂ ਨੇ ਕਾਲ ਕੀਤੀ ਅਤੇ ਆਪਣੇ ਰਿਫੰਡ ਵਗੈਰਾ ਬਾਰੇ ਗੱਲਬਾਤ ਕੀਤੀ, ਅਤੇ ਉਹਦੇ ਵਾਸਤੇ ਉਹਨਾਂ ਨੇ ਜਿਹੜੇ ਹੈਗੇ ਕਸਟਮਰ ਕੇਅਰ ਵੱਲੋਂ ਫੇਕ ਜਿਹੜੇ ਸੀਗੇ ਉਹਨਾਂ ਨੇ ਇੱਕ ਲਿੰਕ ਦਿੱਤਾ, ਅਤੇ ਉਹ ਲਿੰਕ 'ਤੇ ਜਦੋਂ ਕਲਿੱਕ ਕੀਤਾ ਕਸਟਮਰ ਨੇ, ਅਤੇ ਕਸਟਮਰ ਦੇ ਜਿਹੜੇ ਪੈਸੇ ਹੈਗੇ ਆ ਉਹ ਅਕਾਊਂਟ ਦੇ ਵਿੱਚੋਂ ਯੂ ਪੀ ਆਈ ਅਕਾਊਂਟ ਦੇ ਵਿੱਚੋਂ ਕੱਟ ਹੋ ਗਏ ਆ। ਇੱਥੇ ਦੱਸ ਦਈਏ ਕਿ ਜਿਹੜਾ ਹੈਗਾ ਜੋਮੈਟੋ ਨੇ ਪਹਿਲਾਂ ਹੀ ਦੱਸਿਆ ਹੋਇਆ ਕਿ ਔਫੀਸ਼ੀਅਲ ਸਾਡਾ ਕਸਟਮਰ ਕੇਅਰ ਦਾ ਕੋਈ ਵੀ ਨੰਬਰ ਨਹੀਂ ਹੈਗਾ, ਅਤੇ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਕਾਲ ਵਗੈਰਾ ਤੁਸੀਂ ਕਸਟਮਰ ਕੇਅਰ ਫੇਕ ਨੰਬਰਾਂ 'ਤੇ ਨਾ ਕਰੋ। ਉਸ ਤੋਂ ਅੱਗੇ ਖਬਰ ਆ ਰਹੀ ਹੈ ਕਿ ਸੈਮਸੰਗ ਦਾ ਜਿਹੜਾ ਹੈਗਾ ਗਲੈਕਸੀ S20 ਸੀਰੀਜ਼ ਰਿਲੀਜ਼ ਹੋ ਗਈ ਆ, ਅਤੇ ਪ੍ਰਾਈਜ਼ ਇਹਦੇ ਆ ਗਏ ਆਪਣੇ ਕੋਲ, ਪ੍ਰੀ ਆਰਡਰ ਚੱਲ ਪਿਆ ਵਾ ਇਹਦਾ, ਠੀਕ ਆ। ਅਤੇ ਜਿਹੜਾ ਹੈਗਾ ਇਹਦੇ 3 ਫੋਨ ਆਏ ਹੈਗੇ ਆ, S20, S20+ ਅਤੇ S20 Ultra। ਜਿਹੜਾ S20 ਹੈਗਾ ਉਹ 66,999 ਰੁਪਏ ਦੇ ਵਿੱਚ, ਅਤੇ S20+ ਜਿਹੜਾ ਹੈਗਾ ਉਹ ਲਗਭਗ 73,999 ਰੁਪਏ ਵਿੱਚ, ਅਤੇ S20 Ultra ਜਿਹੜਾ ਹੋਊਗਾ ਉਹ ਆਪਾਂ ਨੂੰ 92,999 ਰੁਪਏ ਦੇ ਵਿੱਚ ਮਿਲੂਗਾ। ਅਤੇ ਬਾਕੀ ਇਹਦੇ ਵਿੱਚ 4,000 ਅਤੇ 4,500 ਅਤੇ 5,000 mAh ਲਗਾਤਾਰ ਤਿੰਨਾਂ ਦੇ ਵਿੱਚ ਬੈਟਰੀ ਦੇਖਣ ਨੂੰ ਮਿਲੂਗੀ ਆਪਾਂ ਨੂੰ, ਅਤੇ 128 GB ਦੇ ਇਹ ਮਾਡਲ ਹੈਗੇ ਆ। ਅਤੇ ਉਸ ਤੋਂ ਅੱਗੇ ਆਪਣੇ ਕੋਲ ਹੈਗਾ ਜਿਹੜਾ ਰੀਅਲਮੀ X50 Pro 5G ਆਊ ਹੋਊਗਾ, ਅਤੇ ਇਹ ਕਨਫਰਮ ਹੋ ਗਿਆ ਵਾ, ਅਤੇ ਜਿਹੜੀ ਇਹਦੀ ਡਿਸਪਲੇ ਹੋਊਗੀ 90Hz ਦੀ ਹੋਊਗੀ, ਰਿਫਰੈਸ਼ ਰੇਟ ਦੇ ਨਾਲ ਸੁਪਰ ਅਮੋਲਿਡ ਡਿਸਪਲੇ ਹੋਊਗੀ। ਪਹਿਲਾਂ 120 ਕਹਿੰਦੇ ਸੀਗੇ, ਹੁਣ ਤਾਂ ਕਨਫਰਮ ਹੀ ਹੋ ਗਿਆ ਵਾ ਕਿ ਇਹ 5G ਦੇ ਵਿੱਚ ਆਊਗਾ, ਅਤੇ 90Hz ਰਿਫਰੈਸ਼ ਰੇਟ ਦੇ ਨਾਲ ਸੁਪਰ ਅਮੋਲਿਡ ਫੁੱਲ ਸਕਰੀਨ ਡਿਸਪਲੇ ਹੋਊਗੀ। ਉਸ ਤੋਂ ਅੱਗੇ ਜਿਹੜਾ ਹੈਗਾ ਗੂਗਲ ਦਾ Pixel 5 ਰੈਂਡਰ ਹੋ ਗਿਆ ਵਾ, ਜਿਵੇਂ ਆਪਣਾ 3 ਕੈਮਰੇ ਹੋਣਗੇ ਇਹਦਾ ਫਰੰਟ ਪੇਜ, ਟੈਕ ਜਿਹੜੀ ਵੈਬਸਾਈਟ ਆ ਉਹਦੇ ਉੱਤੇ ਇਹਦੀ ਪਿਕਚਰ ਆਪਾਂ ਨੂੰ ਮਿਲੀ ਹੈਗੀ ਆ। ਉਹਦੇ ਵਿੱਚ ਜਿਹੜਾ ਗੂਗਲ ਪਿਕਸਲ 5 ਹੈਗਾ XL ਹੈ ਨਾ, ਅਤੇ ਉਹਦੀ ਪਿਕਚਰ ਇਸ ਤਰ੍ਹਾਂ ਦੀ ਕੁਛ ਦਿਸੀ ਆ। ਉਹਦੇ ਵਿੱਚ 3 ਕੈਮਰੇ ਹੋਣਗੇ, ਥੱਲਿਓਂ ਗੋਲ ਜੀ ਹੈਗੀ ਆਪਣਾ ਜਿਹੜਾ ਕੈਮਰਿਆਂ ਦਾ ਸਕੁਏਅਰ ਤੋਂ ਲੱਗ ਕੇ ਹਟ ਕੇ ਹੋਊਗਾ ਇਹ ਵਾਲਾ। ਅਤੇ ਉਸ ਤੋਂ ਬਾਅਦ ਜਿਹੜਾ ਪੋਕੋ ਦਾ ਰਿਵਿਊ ਜਿਹਾ ਥੋੜ੍ਹਾ ਜਿਹਾ ਆਪਣੇ ਕੋਲ ਸਾਹਮਣੇ ਆਇਆ ਵਾ, ਜਿਹੜਾ ਇਹ ਲਗਭਗ ਪੋਕੋ X2 ਜਿਹੜਾ 20,000 ਰੁਪਏ ਦੀ ਰੇਂਜ ਦੇ ਵਿੱਚ ਬੈਸਟ ਸਮਾਰਟਫੋਨ ਹੋ ਸਕਦਾ ਵਾ। ਅਤੇ ਇਹਦੇ ਆਪਣਾ 120Hz ਡਿਸਪਲੇ ਹੈਗੀ ਹੈ ਇਹਦੀ, ਅਤੇ 64MP ਕੁਆਡ ਪਲੱਸ ਡਿਊਲ ਸੈਲਫੀ ਪੰਚ ਹੋਲ ਕੈਮਰਾ ਹੈਗੀ ਇਹਦੇ ਵਿੱਚ, ਅਤੇ ਡਿਜ਼ਾਈਨ ਇਹਦਾ ਕਾਫੀ ਵਧੀਆ ਵਾ, ਗਲਾਸ ਫਿਨਿਸ਼ਿੰਗ ਦੇ ਨਾਲ ਹੈਗਾ ਵਾ, ਅਤੇ ਜਿਹੜੀ ਡਿਸਪਲੇ ਕੁਆਲਿਟੀ ਵਧੀਆ ਹੈਗੀ ਆ, ਅਤੇ ਤਾਂ ਕਰਕੇ ਹੈ ਨਾ ਇਹਦਾ ਜਿਹੜੀ ਵੀ ਆਪਣਾ 20,000 ਦੇ ਵਿੱਚ ਇਹ ਵਧੀਆ ਹੋਰ ਫੋਨਾਂ ਨੂੰ ਟੱਕਰ ਦੇ ਸਕਦਾ ਵਾ, ਅਤੇ ਬੈਸਟ ਸਮਾਰਟਫੋਨ ਬੈਟਰੀ ਲਾਈਫ ਦੇ ਵਜੋਂ ਵੀ, ਕਿਉਂਕਿ ਇਹਦੇ ਵਿੱਚ Snapdragon 730G ਪ੍ਰੋਸੈਸਰ ਹੈਗਾ ਵਾ, ਅਤੇ ਵਧੀਆ ਗੇਮਿੰਗ ਦੇ ਉੱਤੇ ਇਹ ਆਪਾਂ ਨੂੰ ਜਿਹੜਾ ਹੈਗਾ ਬੈਟਰੀ ਵਧੀਆ ਪਾਵਰ ਸੇਵਿੰਗ ਕਰਾਉਂਦਾ ਹੈਗਾ ਵਾ, 8nm ਮੈਨੂਫੈਕਚਰਿੰਗ ਪ੍ਰੋਸੈਸ ਹੈਗਾ ਵਾ ਇਹਦਾ। ਅਤੇ ਉਸ ਤੋਂ ਬਾਅਦ ਆਪਣੇ ਕੋਲ ਹੈਗੀ ਹੈ ਜੀ ਪੋਕੋ X2 ਦੇ ਉੱਤੇ ਜਿਹੜਾ ਆਪਣਾ ਅਪਡੇਟ ਆਇਆ ਹੈਗਾ, ਜਨਵਰੀ ਸਿਕਿਉਰਿਟੀ ਪੈਚ ਦਾ ਅਪਡੇਟ ਆਇਆ ਵਾ, ਅਤੇ ਉਹਦੇ ਵਿੱਚ ਕੁਛ ਇਹਨਾਂ ਨੇ ਇੰਪਰੂਵਮੈਂਟ ਕੀਤੀ ਹੈਗੀ ਆ। ਉਸ ਤੋਂ ਬਾਅਦ ਜਿਹੜਾ ਹੈਗਾ ਸੈਮਸੰਗ A30 ਹੈਗਾ, ਉਹਦੇ ਉੱਤੇ Android 10 ਬੇਸਡ 1 ਯੂਜ਼ਰ ਇੰਟਰਫੇਸ 2.0 ਅਪਡੇਟ ਆਇਆ ਵਾ ਇੰਡੀਆ ਦੇ ਵਿੱਚ, ਅਤੇ ਇਹਦੇ ਵਿੱਚ ਆਪਾਂ ਨੂੰ ਕੁਛ ਇਹਨਾਂ ਨੇ 1.4 GB ਦਾ ਇਹ ਅਪਡੇਟ ਹੈਗਾ ਵਾ, ਅਤੇ ਉਹ ਆਪਾਂ ਨੂੰ ਦੇਖਣ ਨੂੰ ਮਿਲੇਗਾ, ਅਤੇ ਤੁਸੀਂ ਅਪਡੇਟ ਕਰ ਸਕਦੇ ਹਾਂ। ਉਸ ਤੋਂ ਬਾਅਦ ਜਿਹੜਾ ਹੈਗਾ ਸ਼ੋਮੀ ਨੇ ਜਿਹੜਾ ਸਪੀਕਰ ਹੈਗਾ ਆਪਣਾ ਜਿਹੜਾ ਪੋਰਟੇਬਲ ਸਪੀਕਰ ਬਲੂਟੁੱਥ ਸਪੀਕਰ 17 February ਨੂੰ ਇੰਡੀਆ ਦੇ ਵਿੱਚ ਲਾਂਚ ਕਰਨਾ ਹੈਗਾ ਵਾ, ਅਤੇ ਲਗਭਗ 17 February ਨੂੰ ਆਪਾਂ ਨੂੰ ਦੇਖਣ ਨੂੰ ਮਿਲੇਗਾ। ਕੈਰੀ ਯੂਅਰ ਸਾਊਂਡ ਦੇ ਨਾਮ 'ਤੇ ਕੁਛ ਇਹਨਾਂ ਨੇ ਟਵਿੱਟਰ ਦੇ ਉੱਤੇ ਪੋਸਟ ਸ਼ੇਅਰ ਕੀਤੀ ਸੀ ਕਿ ਉਸ ਤੋਂ ਬਾਅਦ OnePlus ਦੇ ਵਿੱਚ ਜਿਹੜਾ ਹੈਗਾ ਵਾ ਜੀਓ ਦਾ ਵੀਓ ਵਾਈਫਾਈ, ਜਾਣੀ ਦੀ ਵੋਇਸ ਓਵਰ ਵਾਈਫਾਈ, ਜਿਵੇਂ ਵੋਲਟੀ ਆਇਆ ਸੀਗਾ ਉਸ ਤੋਂ ਬਾਅਦ ਵੋਇਸ ਓਵਰ ਵਾਈਫਾਈ ਜਿਹੜਾ ਸਪੋਰਟ ਹੈਗਾ ਵਾ
ਜਿਹੜੇ ਹੈਗੇ ਵਨ ਪਲੱਸ ਲੈ ਕੇ ਆਊਗਾ ਨਾ ਸਮਾਰਟਫੋਨ ਦੇ ਵਾਸਤੇ ਆਪਣੇ ਵਾਸਤੇ, ਆਉਣ ਵਾਲੇ ਦਿਨਾਂ ਵਿੱਚ ਵਨ ਪਲੱਸ ਦੇ ਫੋਨ ਆਪਾਂ ਨੂੰ ਵਾਇਸ ਓਵਰ ਵਾਈਫਾਈ ਜਿਹੜੀ ਸਪੋਰਟ ਮਿਲੂਗੀ ਇਹਦੇ ਵਿੱਚ, ਵਨ ਪਲੱਸ 7 ਅਤੇ ਵਨ ਪਲੱਸ 7 ਪਰੋ ਐਂਡ ਵਨ ਪਲੱਸ 7 ਟੀ ਪਰੋ ਦੇ ਵਿੱਚ। ਉਸ ਤੋਂ ਬਾਅਦ ਜਿਹੜਾ ਓਪੋ ਓਪੋ ਦਾ ਹੈਗਾ ਰੈਨੋ 3 ਪਰੋ ਡਿਊਲ, ਪੰਚ ਹੋਲ ਕੈਮਰਾ ਜਿਹੜਾ ਹੈਗਾ ਆਪਣਾ, ਉਹ ਇਹਦੀਆਂ ਪਿਕਚਰ ਆਪਣੇ ਕੋਲ ਆਪਣੇ ਜਿਹੜੇ ਹੈਗੇ ਆ ਇੰਡੀਅਨ ਰਿਟੇਲ ਸਟੋਰ ਦੇ ਉੱਤੇ ਦੇਖੀਆਂ ਗਈਆਂ ਵਾ, ਲਾਈਵ ਪਿਕਚਰ ਆਪਣੇ ਕੋਲ ਸਾਹਮਣੇ ਆਈਆਂ ਵਾ। ਅਤੇ ਕੁਛ ਇਸ ਤਰ੍ਹਾਂ ਦਾ ਇਹ ਲਾਈਵ ਆਪਾਂ ਨੂੰ ਪਹਿਲਾਂ ਵੀ ਪਿਕਚਰ ਆਪਾਂ ਦੇਖੀਆਂ ਸੀਗੀਆਂ, ਪਰ ਇਹ ਜਿਹੜਾ ਹੈਗਾ ਇੰਡੀਅਨ ਰਿਟੇਲ ਸਟੋਰ ਦੇ ਉੱਤੇ ਦੇਖਿਆ ਗਿਆ ਵਾ। ਅੱਜ ਦੇ ਲਈ ਇੰਨਾ ਹੀ, ਅਤੇ ਹੋਰ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ, ਅਤੇ ਮਿਲਦੇ ਹਾਂ ਜੀ ਹੋਰ ਨੈਕਸਟ ਵੀਡੀਓ ਦੇ ਵਿੱਚ, ਤਦ ਤੱਕ ਲਈ ਧੰਨਵਾਦ।